ਹਾਂਜੀ ਦੋਸਤੋ, ਸਵਾਗਤ ਹੈ ਇੱਕ ਹੋਰ ਨਵੀਂ ਅਪਡੇਟ ਵੀਡੀਓ ਤੋਂ। ਦੋਸਤੋ, ਗੋਲਡੀ ਬਰਾੜ ਜਿਹੜਾ ਕਿ ਕੈਲੀਫੋਰਨੀਆ ਦੇ ਵਿੱਚ ਮਾਰਿਆ ਗਿਆ ਸੀਗਾ, ਉਹ ਹੁਣ ਦੱਸਿਆ ਜਾ ਰਿਹਾ ਸਾਰੇ ਹੀ ਵੱਡੇ ਨਿਊਜ਼ ਚੈਨਲਾਂ ਵੱਲੋਂ ਕਿ ਉਹ ਗੋਲਡੀ ਬਰਾੜ ਨਹੀਂ ਸੀਗਾ, ਕੋਈ ਹੋਰ ਹੀ ਬੰਦਾ ਸੀਗਾ। ਅਤੇ ਪ੍ਰਜੈਂਟ ਇੱਦਾਂ ਕੀਤਾ ਗਿਆ ਸੀਗਾ ਉਹ ਨਿਊਜ਼ ਨੂੰ ਵੀ ਕੈਲੀਫੋਰਨੀਆ ਦੇ ਵਿੱਚ ਗੋਲੀਆਂ ਚੱਲ ਪਈਆਂ ਗੋਲਡੀ ਬਰਾੜ ਉੱਪਰ, ਅਤੇ ਸੀਗਾ ਕੋਈ ਹੋਰ ਬੰਦਾ ਜਿਹੜਾ ਕਿ ਤੁਸੀਂ ਸਕਰੀਨ ਦੇ ਉੱਤੇ ਚੈੱਕ ਕਰ ਸਕਦੇ ਹੋ। ਬਾਕੀ ਮਾਤਾ ਚਰਨ ਕੌਰ ਨੇ ਵੀ ਕੁਛ ਕੁ ਬਿਆਨ ਦਿੱਤਾ ਹੈ ਛੋਟੇ ਸਿੱਧੂ ਬਾਰੇ, ਅਤੇ ਮੁੰਡੇ ਦਾ ਨਾਮ ਸੀਗਾ ਵਿਕਟਿਮ ਜਿਹੜਾ ਕਿ ਮਾਰਿਆ, ਜਿਹਨੂੰ ਕਿ ਗੋਲਡੀ ਬਰਾੜ ਦਾ ਨਾਮ ਲੈ ਕੇ ਖਬਰ ਨੂੰ ਫੈਲਾਇਆ ਜਾ ਰਿਹਾ ਸੀਗਾ। ਇਹ ਕੁਦਰਤ ਦੀ ਦਾਤਾ, ਮੈਨੂੰ ਪਹਿਲਾਂ ਵੀ ਨਹੀਂ ਇੰਨੀ ਖੁਸ਼ੀ ਹੋਈ ਸੀ ਜਦੋਂ ਸ਼ੁਭ ਆਇਆ ਸੀ, ਮੈਂ ਕਿਹਾ ਸੀ ਵਾਹਿਗੁਰੂ ਨੇ ਜੋ ਕੁਛ ਦਿੱਤਾ ਠੀਕ ਹੈ, ਹੈ ਨਾ ਹੁਣ ਵੀ। ਅਤੇ ਪਰ ਇਸ ਵਾਰ ਥੋੜ੍ਹਾ ਜਿਹਾ ਐਂ ਲੱਗਦਾ ਸੀਗਾ ਵੀ ਸ਼ੁਭ ਵਾਪਸ ਆ ਗਿਆ, ਵੀ ਸਾਨੂੰ ਵਾਹਿਗੁਰੂ ਨੇ ਸ਼ੁਭ ਵਾਪਸ ਦਿੱਤਾ। ਅਤੇ ਮਤਲਬ ਬਹੁਤ ਵਧੀਆ ਲੱਗਦਾ ਵੀ ਇੱਕ ਬੱਚੇ ਦੀ ਆਉਣ ਦੀ ਇੰਨੀ ਖੁਸ਼ੀ, ਅਤੇ ਇੱਕ ਬੱਚੇ ਦੇ ਕਹੇ ਦਾ ਇੰਨਾ ਕੰਮ ਦੁਨੀਆਂ ਨੇ ਕੀਤਾ, ਹੈ ਨਾ ਵੀ ਉਹਦੇ ਨਾਲ ਸਾਨੂੰ ਵੀ ਥੋੜ੍ਹਾ ਜਿਹਾ ਸਕੂਨ ਮਿਲਦਾ ਸੀ। ਸਾਡਾ ਇਕੱਲਿਆਂ ਦਾ ਬੱਚਾ ਨਹੀਂ ਗਿਆ, ਦੋਹਾਂ ਮਾਵਾਂ ਦਾ ਪੁੱਤ ਗਿਆ। ਵੀ ਕਿੱਥੇ ਤਾਂ ਹੁਣ ਸਾਰਾ ਦਿਨ ਬਸ ਉਹੀ ਆਪਦੇ ਉਹ 'ਚ ਹੀ ਰਹਿਣਾ, ਹੈ ਨਾ ਗਮ 'ਚ ਹੀ ਰਹਿਣਾ। ਕਿੱਥੇ ਹੁਣ ਜਦੋਂ ਇਹ ਮਤਲਬ ਦੁੱਧ ਮੰਗਦਾ, ਦੁੱਧ ਵੀ ਦਿੰਦੇ ਹਾਂ ਇਹਨੂੰ, ਇਹਦੀ ਸਾਫ਼ ਸਫਾਈ ਵੀ ਕਰਦੇ ਹਾਂ, ਥੋੜ੍ਹਾ ਜਿਹਾ ਜਿਹੜੀ ਬੰਦਾ ਬਿਜ਼ੀ ਹੋ ਜਾਂਦਾ। ਸਾਨੂੰ ਇਹ ਲੱਗਿਆ ਵੀ ਜਿੱਥੇ ਅਸੀਂ ਚਲੇ ਗਏ ਦੇਖੋ ਉਹਦਾ ਕੋਈ ਹੱਲ ਤਾਂ ਹੁਣ ਹੈ ਨਹੀਂ, ਤਾਂ ਆਪਾਂ ਨੂੰ ਇਸ ਰਾਹ ਦੇ ਉੱਤੇ ਅੱਗੇ ਚੱਲਣਾ ਪੈਣਾ। ਆਪਾਂ ਇਹ ਵੀ ਸਮਝਦੇ ਹਾਂ ਵੀ ਏਜ ਦਾ ਫੈਕਟਰ ਉਹਦਾ ਸਾਹਮਣੇ ਆਉਂਦਾ ਹੀ ਹੈ, ਫੀਮੇਲ ਤਾਂ ਤੁਹਾਡੇ ਸਾਹਮਣੇ ਇੱਕ ਲਿਮਿਟ ਜਿਹਾ ਪੀਰੀਅਡ ਹੁੰਦਾ ਹੈ। ਤਾਂ ਫਿਰ ਅਸੀਂ ਇੱਕ ਨੂੰ ਮਾਹਰਾਂ ਦੀ ਸਲਾਹ ਲਈ, ਉਹਨਾਂ ਨੇ ਸਾਨੂੰ ਸੁਜੈਸਟ ਕੀਤਾ, ਐਡਵਾਈਸ ਕੀਤਾ ਇਸ ਮਾਮਲੇ ਲਈ। ਸਕਸੈਸ ਦਰ ਹੈ ਜਿਹੜੀ ਬਹੁਤ ਘੱਟ ਹੁੰਦੀ ਹੈ ਇਸ ਉਮਰ ਦੇ ਵਿੱਚ ਜਾ ਕੇ, ਔਰ ਆਫਟਰ 50 ਤਾਂ ਬਿਲਕੁਲ ਹੀ ਡਾਕਟਰ ਅਲਾਓ ਵੀ ਨਹੀਂ ਕਰਦੇ। ਅਤੇ ਪਰ ਸਾਡੇ ਕੋਲ ਹੁਣ ਵਿਚਾਰਾ ਨਹੀਂ ਸੀ, 60 ਦੇ ਨੇੜੇ ਜਾ ਕੇ ਉਹੀ ਬੇਟੇ ਦੀ ਦਾਤ ਮਿਲਦੀ ਹੈ, ਅਤੇ ਮੈਂ ਕਹਿੰਦਾ ਇਸ ਤੋਂ ਇਲਾਵਾ ਤਾਂ ਪਰਮਾਤਮਾ ਹੋਰ ਕੀ ਕਰ ਸਕਦਾ ਹੈ। ਤਾਂ ਇਹ ਚਮਤਕਾਰੀ ਹੈ, ਉਦੋਂ ਮੈਂ 26-27 ਸਾਲ ਦੀ ਉਮਰ ਸੀ, ਅੱਜ 58 ਦੀ ਸੀ। ਉਸ ਸਮੇਂ ਵੰਸ਼ ਵਧਾਉਣ ਦੀ ਖੁਸ਼ੀ ਸੀ।